ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਜੀ ਆਣ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਐਮ ਐਲ ਏ ਦੇਵ ਮਾਨ ਨੇ ਸਰਕਾਰੀ ਦਫ਼ਤਰ ਵਿੱਚ ਮਾਰਿਆ ਛਾਪਾ ਵੱਡੇ ਅਫਸਰ ਗੈਰ ਹਾਜ਼ਰ ਪਈਆਂ ਪਾਜੜਾਂ ਆਮ ਆਦਮੀ ਪਾਰਟੀ ਦੇ ਐਮਐਲਏ ਦੇਵ ਮਾਨ ਨੇ ਅੱਜ ਸਵੇਰੇ 11 ਵਜੇ ਦੇ ਕਰੀਬ ਸਰਕਾਰੀ ਦਫ਼ਤਰਾਂ ਵਿੱਚ ਛਾਪਾ ਮਾਰਿਆ ਤੇ ਅਗੂ ਵੱਡੇ ਅਫਸਰ ਉਥੋਂ ਗੈਰ ਹਾਜ਼ਰ ਮਿਲੇ ਉਹਨਾਂ ਦੇ ਕਮਰਿਆਂ ਨੂੰ ਤਾਲੇ ਲੱਗੇ ਹੋਏ ਮਿਲੇ ਸਨ ਵਿਧਾਇਕ ਦੇਵ ਮਾਨ ਵੱਲੋਂ ਨਾਭਾ ਨਗਰ ਕੌਂਸਲ ਅਚਾਨਕ ਪਹੁੰਚੇ ਜਿੱਥੇ ایਓ ਅਕਾਊਂਟੈਂਟਸ ਡਿਪਾਰਟਮੈਂਟ ਟੈਕਸ ਹਾਊਸ ਅਤੇ ਹੋਰ ਵੱਡੇ ਅਫਸਰ ਛੁੱਟੀ ਤੇ ਮਿਲੇ ਉਹਨਾਂ ਨੇ ਕਿਹਾ ਮੈਨੂੰ ਪਤਾ ਲੱਗਾ ਕਿ ਇੱਥੇ ਕੋਈ ਬੰਦਾ 20-20 ਹਜ਼ਾਰ ਰੁਪਏ ਦੀ ਡਿਮਾਂਡ ਕਰ ਰਿਹਾ ਹੈ ਤੇ ਇਸ ਦਾ ਪਤਾ ਕੀਤਾ ਜਾਵੇ ਉਹ ਕੌਣ ਹੈ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਜੇ ਕੋਈ ਇੱਥੇ ਪੈਸੇ ਮੰਗੇ ਤਾਂ ਉਸ ਦਾ ਸਬੂਤ ਦੇ ਕੇ ਸਾਨੂੰ ਦੱਸਣਾ ਬਾਕੀ ਕੰਮ ਸਰਕਾਰ ਦਾ ਸੀ ਉਸ ਖਿਲਾਫ ਕਾਰਵਾਈ ਕਰਾਂਗੇ। ਭਗਵੰਤ ਮਾਨ ਸਰਕਾਰ ਤੇ ਪ੍ਰਤਾਪ ਬਾਜਵਾ ਦਾ ਵੱਡਾ ਹਮਲਾ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਸਰਕਾਰ ਤੇ ਵੱਡਾ ਹਮਲਾ ਬੋਲਿਆ ਬਾਜਵਾ ਨੇ ਆਖਿਆ ਕਿ ਕੇਜਰੀਵਾਲ ਵੱਲੋਂ ਭਗਵੰਤ ਮਾਨ ਵੱਲੋਂ ਸਰਕਾਰ ਬਣਨ ਤੋਂ ਬਾਅਦ ਵੱਡੇ-ਵੱਡੇ ਵਾਦੇ ਕੀਤੇ ਗਏ ਸਨ ਜਿਨ੍ਹਾਂ ਨੂੰ ਸਭ ਤੋਂ ਵਿੱਚ ਵੱਡੀ ਗਰੰਟੀ ਸੀ ਬਿਜਲੀ ਦੀ 300 ਜੁੰਟ ਮੁਫਤ ਬਿਜਲੀ ਦੀ ਸਪਲਾਈ ਸੀ ਪਰ ਅੱਜ ਇੱਕ ਮਹੀਨਾ ਬੀਤ ਜਾਂਦੇ باوجود ਭਗਵੰਤ ਮਾਨ ਦੀ ਸਰਕਾਰ ਨੇ ਬਿਜਲੀ ਸਪਲਾਈ ਬਾਰੇ ਕੋਈ ਫੈਸਲਾ ਨਹੀਂ ਕੀਤਾ ਦੋਸਤੋ ਤੁਹਾਨੂੰ ਕੀ ਲੱਗਦਾ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਦਵੇਗੀ ਜਾਂ ਨਹੀਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੇ ਕੀਮਤੀ ਵਿਚਾਰ ਯਸ ਜਾਂ ਨੋ ਲਿਖ ਕੇ ਹਾਂ ਜਾਂ ਨਾ ਲਿਖ ਕੇ ਦੇ ਸਕਦੇ ਹੋ ਸੋ ਆਪਣੇ ਵਿਚਾਰ ਜਰੂਰ ਦਿਓ ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਦਾ ਇਹ ਬਿਆਨ ਰਿਕਾਰਡ ਹੈ 24 ਘੰਟੇ ਦੇ ਵਿੱਚ ਪ੍ਰਗਟਾੜੀ ਮਾਮਲੇ ਦੇ ਦੋਚੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਪਰ ਅਜੇ ਇਸ ਬਾਰੇ ਸਰਕਾਰ ਨੇ ਕੁਝ ਨਹੀਂ ਕਿਹਾ ਤੇ ਪੰਜਾਬ ਦੇ ਵਿੱਚ ਦਿਨ ਬਦ ਦਿਨ ਵਿਕੜ ਰਹੀ ਕਾਨੂੰਨ ਵਿਵਸਥਾ ਨੂੰ ਵੀ ਪੰਜਾਬੀਆਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਪੰਜਾਬ ਦੇ ਟਰਾਂਸਪੋਰਟ ਮੰਤਰੀ ਪੁੱਲਰ ਨੇ ਕੱਸਿਆ ਸਕੰਜਾ ਅਚਨਚੇਤ ਚੈਕਿੰਗ ਦੌਰਾਨ ਕੱਟੇ 20 ਬੱਸਾਂ ਦੇ ਚਲਾਨ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਵੱਲੋਂ ਟਰਾਂਸਪੋਰਟ ਦੇ ਵਿਸ਼ੇਸ਼ ਕਰ ਨਿੱਜੀ ਟਰਾਂਸਪੋਰਟ ਦੇ ਸਮੂੱਚੇ ਸਲਸਲੇ ਨੂੰ ਆਨਲਾਈਨ ਪ੍ਰਣਾਲੀ ਦੇ ਨਾਲ ਜੋੜੇ ਜਾਣ ਤੋਂ ਬਾਅਦ ਨਿੱਜੀ ਤੌਰ ਤੇ ਵਿੱਡੀ ਗੇ ਮਹਿਮ ਦੇ ਤਹਿਤ ਬੀਤੀ ਦੇਰ ਰਾਤ ਸੀਡੀ ਸੈਂਟਰ ਮਾਰਕੀਟ ਕਮੇਟੀ ਵਿੱਚ ਮਾਰੇ ਗਏ ਛਾਪੇਚਾਜਨਿਤ ਚੈਕਿੰਗ ਦੇ ਦੌਰਾਨ 20 ਦੇ ਕਰੀਬ ਨਿੱਜੀ ਬੱਸਾਂ ਦੇ ਚਲਾਨ ਕੱਟੇ ਗਏ। ਦਰਅਸਲ ਇਹ ਕਾਰਵਾਈ ਦਸਤਾਵੇਜ਼ੀ ਟਰੂਟੀਆਂ ਪਾਏ ਜਾਣ ਤੋਂ ਬਾਅਦ ਕੀਤੀ ਗਈ। ਪੁਲਰ ਦੀ ਇਸ ਛਾਕਾਨੀ ਛਾਪੇਮਾਰੀ ਨੂੰ ਲੈ ਕੇ ਪੂਰਾ ਦਿਨ ਚਰਚਾਵਾਂ ਦਾ ਬਰਜ਼ਾਰ ਗਰਮ ਰਿਹਾ। ਸੇਤ ਟੀਮ ਮੁਹਾਲੀ ਦੇ ਵੱਲੋਂ ਅਤੇ ਪਟਿਆਲਾ ਜ਼ਿਲ੍ਹੇ ਦੇ ਵਿੱਚੋਂ 14 ਕੁਇੰਟਲ ਮਿਲਾਵਟੀ ਪਨੀਰ ਕੀਤਾ ਗਿਆ ਜ਼ਬਤ ਸੋ ਵੱਡੀ ਖਬਰ ਆ ਦੋਸਤੋ ਖਬਰ ਦੇ ਵੱਲ ਰੁਕ ਤੋਂ ਪਹਿਲਾਂ ਨਿੱਕੀ ਜਿਹੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਖਰਾਕੀ ਵਸਤਵਾਂ ਵਿੱਚ ਮਿਲਾਵਟ ਖੋਰੀ ਵਿਰੋਧ ਚਲਾਈ ਗਏ ਮੁਹਿੰਮ ਦੇ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ 14 ਕੁਇੰਟਲ ਹੋਰ ਮਲਾਵਟੀ ਭੋਜਨ ਪਦਾਰਥ ਜ਼ਬਤ ਕੀਤੇ ਗਏ ਹਨ ਇਸ ਸਬੰਧੀ ਜਾਣਕਾਰੀ ਦੰਦਿਆ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਵੱਜੇ ਸਿੰਘਲਾ ਨੇ ਦੱਸਿਆ ਹੈ ਕਿ ਸਿਹਤ ਵਿਭਾਗ ਦੀ ਟੀਮ ਨੇ ਜ਼ਿਲ੍ਹੇ ਦੇ ਏਐਸੇ ਨਗਰ ਵਿੱਚ 7 ਕੁਇੰਟਲ 80 ਕਿਲੋ ਨਕਲੀ ਪਨੀਰ ਜ਼ਬਤ ਕਰਨ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਕਸਬੇ ਵਿੱਚ 6 ਕੁਇੰਟਲ 20 ਕਿਲੋ ਪਨੀਰ ਜ਼ਬਤ ਕੀਤਾ ਹੈ 13 ਜ਼ਿਲ੍ਹਿਆਂ ਵਿੱਚ ਦੁੱਧ ਪਨੀਰ ਖੋਆ ਪਾਊਡਰ ਵਾਲੇ ਦੁੱਧ ਆਦਿ ਦੀ 110 ਸੈਂਪਲ ਲਏ ਨੇ ਜਿਨ੍ਹਾਂ ਨੂੰ ਜਾਂਚ ਦੇ ਲਈ ਭੇਜਿਆ ਗਿਆ ਹੈ ਸਿਹਤ ਮੰਤਰੀ ਨੇ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਮਿਲਾਪ ਕੀ ਜਾਂ ਨਕਲੀ ਭੋਜਨ ਪਦਾਰਥ ਵੇਚ ਕੇ ਸੂਬੇ ਦੇ ਲੋਕਾਂ ਦੀ ਸਿਹਤ ਨਾਲ ਕਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਪੀਵਨੇ ਪਨੀਰ ਬਣਾਉਣ ਵਾਲੀ ਕਾਈ ਤੇ ਵੀ ਛਾਪਾ ਮਾਰਿਆ ਜੋ ਪਨੀਰ ਦੀ ਸਪਲਾਈ ਕਰਨ ਵਿੱਚ ਸ਼ਾਮਲ ਹੈ ਆਮ ਆਦਮੀ ਪਾਰਟੀ ਦੀ ਹਨੇਰੀ ਨੂੰ ਰੋਕਣ ਦੇ ਲਈ ਅਕਾਲੀ ਪਾਜਪਾ ਮੋੜ ਹੋਣਗੇ ਇੱਕ ਸੋ ਵੱਡੀ ਖਬਰ ਆ ਦੋਸਤੋ ਜੇਕਰ ਤੁਸੀਂ ਸਹਿਮਤ ਹੋ ਤਾਂ ਕਮੈਂਟ ਸੈਕਸ਼ਨ 'ਚ ਜੋ ਐਸ ਲਿਖ ਦਿਓ ਸੂਬੇ ਦੇ ਵਿੱਚ ਆਪਤੀ ਸਰਕਾਰ ਬੰਨਣ ਤੋਂ ਬਾਅਦ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਦੀ ਸਿਆਸਤ ਵਿੱਚ ਆਪਣਾ ਆਧਾਰ ਖੁਸਦਾ ਵਿਖਾਈ ਦੇ ਰਿਹਾ ਇਸ ਵਿਚਾਲੇ ਹੁਣ ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਪਾਜਪਾ ਦੇ ਵਿਚਾਲੇ ਗੱਠ ਜੋੜ ਹੁੰਦੀਆਂ ਚਰਚਾਵਾਂ ਨੇ ਜ਼ੋਰ ਫੜ ਲਿਆ ਹੈ ਸਿਆਸੀ ਪੰਡਤਾਂ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋਵਾਂ ਪਾਰਟੀਆਂ ਦੇ ਵਿੱਚ ਗੱਠ ਜੁੜ ਹੋ ਸਕਦਾ ਹੈ ਤਾਂ ਕਿ ਆਪ ਦੀ ਚੱਲਦੀ ਹਨੇਰੀ ਨੂੰ ਕਿਵੇਂ ਨਾ ਕਿਵੇਂ ਰੋਕਿਆ ਜਾ ਸਕੇ ਉਧਰ ਅਕਾਲੀ ਦਲ ਦਾ ਆਧਾਰ ਆ ਜਿਹੜਾ ਖੁੱਸਦਾ ਜਾ ਰਿਹਾ ਹਾਲਾਂਕਿ ਚਰਚਾਵਾਂ ਵਿਚਾਲੇ ਦੋਵਾਂ ਪਾਰਟੀਆਂ ਦੇ ਕਿਸੇ ਵੀ ਆਗੂ ਦਾ ਖੁੱਲ ਕੇ ਕੋਈ ਬਿਆਨ ਸਾਹਮਣੇ ਨਹੀਂ ਆ ਰਿਹਾ ਪਰ ਅੰਦਰੋਂ ਅੰਦਰੀ ਜਿਹੜੇ ਬਲਬਲੇ ਖੁੱਟ ਦੇ ਦਿਖਾਈ ਦੇ ਰਹੇ ਨੇ ਬੱਚਿਆਂ ਦੀ ਪੜ੍ਹਾਈ ਲਈ ਐਜੂਕੇਸ਼ਨ ਲੋਨ ਦੇ ਨਾਲ ਲੋਐਸਬੀਆਈ ਸਟੂਡੈਂਟ ਕ੍ਰੈਡਿਟ ਕਾਰਡ ਮਿਲਣਗੇ ਜ਼ਬਰਦਸਤ ਫਾਇਦੇ ਅੱਜੋਕੇ ਸਮੇਂ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਅਤੇ ਖਰਚੇ ਦਿਨੋਂ-ਦਿਨ ਵਧਦੇ ਜਾ ਰਹੇ ਨੇ ਅਜਿਹੇ ਤੋਂ ਮਾਪਿਆਂ ਦੇ ਲਈ ਖਰਚਾ ਚੁਕਣਾ ਕਾਫੀ ਮੁਸ਼ਕਲ ਹੋ ਰਿਹਾ ਮਾਪੇ ਆਪਣੇ ਬੱਚਿਆਂ ਨੂੰ ਪੜਾਉਣ ਦੇ ਲਈ ਐਜੂਕੇਸ਼ਨ ਲੋਨ ਦਾ ਸਹਾਰਾ ਲੈਂਦੇ ਨੇ ਪਰ ਤੁਸੀਂ ਐਜੂਕੇਸ਼ਨ ਲੋਨ ਲੈਣ ਦੀ ਬਜਾਏ ਕਿਸੇ ਹੋਰ ਤਰੀਕੇ ਨਾਲ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਕਰਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵਿਦਿਆਰਥੀ ਕ੍ਰੈਡਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ ਇਹ ਇਹ ਵਿਸ਼ੇਸ਼ ਤੌਰ ਤੇ ਸਿਰਫ ਬੱਚਿਆਂ ਦੇ ਲਈ ਤਿਆਰ ਕੀਤਾ ਗਿਆ ਹੈ ਕਈ ਵਾਰ ਲੋਕ ਬੱਚਿਆਂ ਦੀ ਪੜ੍ਹਾਈ ਲਈ ਐਜੂਕੇਸ਼ਨਲ ਲੋਨ ਪਰਸਨਲ ਲੋਨ ਪੀਐਫ ਤੋਂ ਪੈਸੇ ਕਢਵਾਉਣ ਆਦ ਰਹੀ ਬੱਚਿਆਂ ਦੀ ਪੜ੍ਹਾਈ ਕਰਦਣ ਲਈ ਜਿਆਦਾ ਜਾਣਕਾਰੀ ਲਈ ਚੈਨਲ ਤੇ ਭਾਈ ਸ਼ਾਰਟ ਵੀਡੀਓ ਚੈੱਕ ਕਰੋ ਪਰਿਵਾਰ ਸਮੇਤ ਪੀਆਰ ਲੈਣ ਦੇ ਚਾਹਵਨਾਂ ਲਈ ਕੈਨੇਡਾ ਸਰਕਾਰ ਦਾ ਨਵਾਂ ਫਰਮਾਨ ਕੈਨੇਡਾ ਦੇ ਵਿੱਚ ਪਰਿਵਾਰ ਸਮੇਤ ਪੱਕੇ ਹੋਣ ਦੇ ਚਾਹਵਨਾਂ ਲਈ ਕੈਨੇਡਾ ਸਰਕਾਰ ਨੇ ਨਵਾਂ ਐਲਾਨ ਕੀਤਾ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇਯਾ ਐਲਾਨ ਕੀਤਾ ਕਿ ਕੈਨੇਡਾ ਦੀ ਸਪਾਊਸਲ ਨਵੇਂ ਬਿਨਾਕਾਰਾਂ ਲਈ 12 ਮਹੀਨਿਆਂ ਦੀ ਪ੍ਰੋਸੈਸਿੰਗ ਸਟੈਂਡਰਡ ਦੇ ਵਿੱਚ ਵਾਪਸ ਆ ਗਈ ਹੈ। ਆਈਆਰਸੀਸੀ ਦੇ ਵੱਲੋਂ ਇਸ ਨੂੰ ਇੱਕ ਪੋਰਟਲ ਲਾਂਚ ਕੀਤਾ ਗਿਆ ਜਿੱਥੇ ਸਪੌਂਸਰਸ਼ਿਪ ਬਿਨੇਕਾਰ ਇਮੀਗ੍ਰੇਸ਼ਨ ਅਰਜ਼ੀਆਂ ਨੂੰ ਆਨਲਾਈਨ ਟਰੈਕ ਕਰ ਸਕਦੇ ਨੇ। ਵਿਦੇਸ਼ੀ ਨਾਗਰਿਕਾਂ ਨੂੰ ਇੱਕ ਸਿਹਤ ਸੁਰੱਖਿਆ ਤੇ ਅਪਰਾਧਿਕ ਸਕਰੀਨਿੰਗ ਪਾਸ ਕਰਨੀ ਹੋਵੇਗੀ ਤਾਂ ਜੋ ਉਹਨਾਂ ਨੂੰ ਕੈਨੇਡਾ ਦੇ ਵਿੱਚ ਸਬਕਾਰ ਕੀਤਾ ਜਾ ਸਕੇ। ਕੈਨੇਡਾ ਦੇ ਵਿੱਚ ਕਾਨੂੰਨੀ ਤੌਰ ਤੇ ਨਹੀਂ ਰਹਿ ਰਹੇ ਹਨ ਕੈਨੇਡਾ ਦੇ ਵਿੱਚ ਰਹਿ ਰਹੇ ਬਿਨਾਂ ਕਾਰਨਾਂ ਨੂੰ ਆਊਟ ਲੈਂਡ ਬੀ ਚੂਣ ਵੀ ਕਰ ਸਕਦੇ ਨੇ ਕਰੋਨਾ ਦੇ ਨਵੇਂ ਪੈਰੀ ਵੈਰੀਐਂਟ ਨੇ ਫਿਰ ਚਿੰਤਾਜੂ ਪਾਏ ਲੋਕਾਂ ਮਬਈ ਦੇ ਵਿੱਚ ਪਹਿਲਾ ਮਾਮਲਾ ਆਇਆ ਸਾਹਮਣੇ ਸੋ ਕਰੋਨਾ ਦੇ ਨਵੇਂ ਵੈਰੀਐਂਟ ਨੇ ਇੱਕ ਵਾਰ ਫਿਰ ਲੋਕਾਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਜਾਣਕਾਰੀ ਮੁਤਾਬਕ ਮੋਬਾਈਲ ਦੇ ਵਿੱਚ ਕੋਵਿਡ-19 ਦੇ ਓਮਿਕਰੋਨ ਦੇ ਨਵੇਂ ਵੇਰੀਐਂਟ XE ਦਾ ਪਹਿਲਾ ਕੇਸ ਮਿਲਿਆ ਲੁਧਿਆਣਾ ਦੇ ਸਹਿਜਪਾਲ ਸਿੰਘ ਨੇ ਰੁਸ਼ਨਾਇਆ ਪੰਜਾਬ ਦਾ ਨਾਮ ਨਿਊਯਾਰਕ ਸਿਟੀ ਦੇ ਟਾਈਮਸ ਕੈਰ ਤੇ ਲੱਗੀ ਤਸਵੀਰ ਪੰਜਾਬ ਦਾ ਰਹਿਣ ਵਾਲਾ ਸਹਿਜਪਾਲ ਸਿੰਘ ਵਿਦੇਸ਼ ਦੇ ਵਿੱਚ ਸੁਰੱਖਿਆ ਸੁਰਖੀਆਂ ਬਟੋਰੀਆ ਦਸੀਏ ਸਹਿਜਪਾਲ ਨੇ ਅਮਰੀਕਾ ਦੀ ਮਲਟੀਨੇਸ਼ਨਲ ਨਿਵੇਸ਼ ਬੈਂਕ ਦੇ ਤਕਨੀਕੀ ਵਿਸ਼ਲੇਸ਼ਕ ਪ੍ਰੋਗਰਾਮ ਦਾ हिसाब बनया है सो इस एस बाबत न्यूयॉर्क सिटी दी टाइम स्क्वायर दे नौजवान दी तस्वीर की दा प्रदर्शित कीती गई सैजपाल ਹੁਣ ਟੈਕਨੋਲੋਜੀ ਖੋਜ ਅਤੇ ਆਧੁਨਿਕ ਖੇਤਰ ਦੇ ਵਿੱਚ ਕੰਮ ਕਰੇਗਾ ਪੈਨਸ਼ਨਰਾਂ ਨੇ ਸੂਬਾ ਸਰਕਾਰਾਂ ਤੋਂ ਮੰਗਿਆ ਡੀਏ ਦਾ ਬਕਾਇਆ ਸੁਨਾਮ ਪੈਨਸ਼ਨਜ਼ ਭੁਲਾਈ ਸੰਸਥਾ ਸੁਨਾਮ ਨੇ ਮਹੀਨੇਵਾਰ ਮੀਟਿੰਗ ਬੁੱਧਵਾਰ ਨੂੰ ਕੀਤੀ ਤੇ ਉਹਨਾਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਬਖਸ਼ ਸਿੰਘ ਜਖੇਪਾਲ ਸੁਮਿੰਦਰ ਸਿੱਧੂ ਅਤੇ ਅੰਤਰ ਸਿੰਘ ਨਾਂਦਨੇ ਨੇ ਕਿਹਾ ਕਿ 6ਵੇਂ ਤਨਖਾਹ ਕਮਿਸ਼ਨ ਵੱਲੋਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਲਈ ਸਿਫਾਰਸ਼ ਕੀਤੀਆਂ ਮੰਗਾਂ ਅਸੈਂਬਲੀ ਵੱਲੋਂ ਪਾਸ ਕਰ ਦੇਣ ਦੇ ਬਾਵਜੂਦ ਹਾਲੇ ਵੀ ਅਧੂਰੀਆਂ ਨੇ। ਅਗਵੰਤਮਾਨ ਸਰਕਾਰ ਛੇਤੀ ਛੇਤੀ ਪੂਰੀਆਂ ਕਰੇ। ਕੇਜਰੀਵਾਲ ਨੇ 7 ਮਿੰਟ ਚੋਂ ਜਨਤਾ ਸਾਹਮਣੇ ਰੱਖਿਆ ਵਿਜ਼ਨ ਕਿਹਾ ਹੁਣ ਤੁਹਾਨੂੰ ਚੰਗੀ ਨੀਂਦ ਆਵੇਗੀ। ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਜੈਰਾਮ ਠਾਕਰ ਦੇ ਗ੍ਰੈਜੂਲੇ ਮੰਡੀ ਚ ਰੋਡ ਸ਼ੋਅ ਕਰਕੇ ਚੋਣ ਜਲਸਾ ਕੀਤਾ ਆਮ ਆਦਮੀ ਪਾਰਟੀ ਦੇ ਕੌਮਿਕ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਰਕਰਾਂ ਦੇ ਵਿੱਚ ਜੋਸ਼ ਭਰਿਆ ਕੇਜਰੀਵਾਲ ਨੇ 7 ਮਿੰਟ ਦੇ ਪਾਠਨ ਵਿੱਚ ਆਪਣਾ ਦ੍ਰਿਸ਼ਟੀਕੋਣ ਲੋਕਾਂ ਦੇ ਸਾਹਮਣੇ ਰੱਖਿਆ ਉਹਨਾਂ ਨੇ 10 ਵੱਡੀਆਂ ਗੱਲਾਂ ਕਹੀਆਂ ਲੋਕਾਂ ਦੀ ਢੀੜੋਂ ਦੇਖ ਕੇ ਕੇਦਰੀਵਾਲ ਖੁਸ਼ ਨਜ਼ਰ ਆਏ ਉਹਨਾਂ ਨੇ ਕਿਹਾ ਜੀ ਤੁਸੀਂ ਮੇਰਾ ਦਿਲ ਖੁਸ਼ ਕਰਤਾ ਉਮੀਦ ਨਹੀਂ ਸੀ ਕਿ ਇੰਨੀ ਢੀੜ ਹੋਵੇਗੀ ਹੁਣ ਤੁਸੀਂ ਸੰਗੀਤ ਨਾਲ ਸੌ ਸਕਦੇ ਹੋ ਅਸੀਂ ਰਾਜਨੀਤੀ ਨਹੀਂ ਜਾਣਦੇ ਅਸੀਂ ਤੁਹਾਡੇ ਵਰਗੇ ਆਮ ਆਦਮੀ ਹਾਂ ਅਸੀਂ ਸਕੂਲ ਹਸਪਤਾਲ ਬਣਾਉਂਦੇ ਆਂ ਪੰਜਾਬ ਵਿੱਚ ਕੋਈ ਇੱਕ ਵੀ ਪੈਸਾ ਨਹੀਂ ਮੰਗ ਸਕਦਾ 20 ਦਿਨਾਂ ਦੇ ਅੰਦਰ ਅੰਦਰਾਮ ਆਦਮੀ ਪਾਰਟੀ ਦੀ ਸਰਕਾਰ ਨੇ ਭ੍ਰਸ਼ਟਾਚਾਰ ਖਤਮ ਕਰ ਦਿੱਤਾ ਦਿੱਲੀ ਪੰਜਾਬ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਦੀ ਵਾਰੀ ਆ ਦੋਵਾਂ ਸੂਬਿਆਂ ਦੇ ਵਿੱਚ ਰਿਕਾਰਡ ਟੁੱਟ ਜਾਣਗੇ ਜਿਆਦਾ ਜਾਣਕਾਰੀ ਲਈ ਸ਼ਾਰਟ ਵੀਡੀਓ ਵੀ ਦੇਖੋ ਰਾਜਕੁਮਾਰ ਵੇਰਕਾ ਵੱਲੋਂ ਲਾਏ ਇਲਜ਼ਾਮਾਂ ਤੇ ਜਾਖੜ ਦਾ ਸਪਸ਼ਟੀਕਰਨ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਸਾਬਕਾ ਮੰਤਰੀ ਰਾਜਕੁਮਾਰ ਵੇਰਕਾ ਵੱਲੋਂ ਲਾਏ ਗਏ ਇਲਜ਼ਾਮਾਂ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਸਾਬਕਾ ਸੁਨੀਲ ਜਾਖੜ ਦਾ ਬਿਆਨ ਨੂੰ ਲੈ ਕੇ ਸਪਸ਼ਟੀਕਰਨ ਸਾਹਮਣੇ ਆਇਆ ਜਿ ਸੁਨੀਲ ਜਾਖੜ ਨੇ ਕਿਹਾ ਕਿ ਆਪਣੇ ਜੀਵਨ ਦੌਰਾਨ ਉਹਨਾਂ ਨੇ ਹਰੇਕ ਧਰਮ ਜਾਤ ਦਾ ਸਨਮਾਨ ਕੀਤਾ ਕਿਸੇ ਵਿਅਕਤੀ ਵਸ਼ੇਸ਼ ਦੀ ਧਰਮ ਜਾਤੀ ਪ੍ਰਤੀ ਟਿੱਪਣੀ ਕਰਨ ਬਾਰੇ ਮੈਂ ਸੋਚ ਵੀ ਨਹੀਂ ਸਕਦਾ ਆਪਣੇ ਸਿਆਸੀ ਜੀਵਨ ਤੋਂ ਮੈਂ ਪਿਛੜੇ ਵਰਗ ਦੀ ਲੜਾਈ ਹਮੇਸ਼ਾ ਅੱਗੇ ਹੋ ਕੇ ਲੜੀ ਹੈ ਮੈਨੂੰ ਅਫਸੋਸ ਹੈ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਜੇਕਰ ਮੇਰੇ ਬਿਆਨ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਆ ਤਾਂ ਮੈਨੂੰ ਦੁੱਖ ਹੈ ਸਿੱਖਿਆ ਮੰਤਰੀ ਦਾ ਐਲਾਨ ਸੂਬੇ ਵਿੱਚ ਅਧਿਆਪਕਾਂ ਦੀ ਔਨਲਾਈਨ ਤਬਾਦਲਾ ਨੀਤੀ ਰਹੇਗੀ ਜਾਰੀ ਪੰਜਾਬ ਦੇ ਸਿੱਖਿਆ ਮੰਤਰੀ ਗਰਮੀਤ ਸਿੰਘ ਮੀਤ ਹੇਰ ਨੇ ਬੁੱਧਵਾਰ ਨੂੰ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਅਕ ਗੁਣਵੱਤਾ ਨੂੰ ਹੋਰ ਵਧਾ ਕੇ ਉੱਚ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਨਵਾਂ ਸ਼ਹਿਰ ਦੇ ਪਿੰਡ ਸੋਹਲ ਵਿਖੇ ਸਰਕਾਰੀ ਹਾਈ ਸਮਾਰਟ ਸਕੂਲ ਅਤੇ ਪ੍ਰਾਇਮਰੀ ਸਮਾਰਟ ਸਕੂਲ ਦਾ ਨਰੀਖਣ ਕਰਦੇ ਹੋਏ ਸਿੱਖਿਆ ਮੰਤਰੀ ਮੀਤ ਹੇਰ ਨੇ ਕਿਹਾ ਕਿ ਸਿੱਖਿਆ ਪੰਜਾਬ ਸਰਕਾਰ ਦਾ ਸਭ ਤੋਂ ਵੱਡਾ ਤਰਜੀਹੀ ਖੇਤਰ ਹੈ ਤੇ ਇਸ ਨੇ ਪਹਿਲਾਂ ਹੀ ਬੁਨਿਆਦੀ ਢਾਂਚੇ ਅਧਿਆਪਕਾਂ ਦੀ ਭਰਤੀ ਵਾਲੇ ਪਾਸੇ ਕਦਮ ਵਧਾ ਕੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਤੇ ਸਕੂਲ ਸਿੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਧਿਆਨ ਦਿੰਦਾ ਹੈ ਪੰਜਾਬ ਫੋਨ ਕਰਕੇ ਪੁੱਛ ਲਓ 20 ਦਿਨਾਂ ਚੋਂ ਭ੍ਰਸ਼ਟਾਚਾਰ ਖਤਮ ਕਰ ਦਿੱਤਾ ਭਗਵੰਤ ਮਾਨ ਹਿਮਾਚਲ ਰੂਡ ਸ਼ੋਅ ਦੇ ਵਿੱਚ ਵੱਡਾ ਬਿਆਨ ਦੇ ਗਏ ਨੇ ਭਗਵੰਤ ਮਾਨ ਦੋਸਤੋ ਜੇਕਰ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਖਤਮ ਹੋ ਗਿਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਯੈਸ ਜਾਂ ਉਹ ਤੁਸੀਂ ਲਿਖ ਸਕਦੇ ਹੋ ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੂਟ ਸ਼ੋਅ ਕੱਢਿਆ ਜਾ ਰਿਹਾ ਉਸ ਤਰ੍ਹਾਂ ਭਗਵੰਤ ਮਾਨ ਨੇ ਸੰਬੋਧਨ ਕਰਦਿਆ ਕਿ ਪੰਜਾਬ ਦੇ ਵਿੱਚੋਂ ਭ੍ਰਸ਼ਟਾਚਾਰ ਬਿਲਕੁਲ ਖਤਮ ਹੈ ਪੰਜਾਬ ਦੇ ਵਿੱਚ ਤੁਹਾਡੀਆਂ ਰਿਸ਼ਤੇਦਾਰੀਆਂ ਹੋਣਗੀਆਂ ਫੋਨ ਕਰਕੇ ਪੁੱਛੋ ਵੀ ਭਾਈ ਕਿਵੇਂ 20 ਦਿਨਾਂ ਚੋਂ ਭ੍ਰਸ਼ਟਾਚਾਰ ਖਤਮ ਕੀਤਾ ਉਹਨਾਂ ਨੇ ਕਿਹਾ ਨੀਅਤ ਹੋਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਇਹਨਾਂ ਦੀ ਨੀਅਤ ਨਹੀਂ ਹੈ ਇਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਅੱਗੇ ਕਰਨਾ ਹੈ ਤੇ ਉਹਨਾਂ ਨੇ ਕਿਹਾ ਜੇ ਇੱਕ ਮੌਕਾ ਸਾਨੂੰ ਦੇ ਅਸੀਂ ਇੱਥੇ ਵੀ ਭ੍ਰਸ਼ਟਾਚਾਰ ਖਤਮ ਕਰ ਦਾਂਗੇ ਜੇਕਰ ਪਸੰਦ ਨਾ ਆਇਆ ਤਾਂ ਅਗਲੀ ਵਾਰ ਬਦਲ ਦੇਣਾ ਇੱਕ ਮੌਕਾ ਦੇ ਉਹ ਸਾਰੀਆਂ ਪਾਰਟੀਆਂ ਨੂੰ ਭੁੱਲ ਜਾਵੋਗੇ ਪੰਜਾਬ ਦੇ ਬਿਜਲੀ ਮੰਤਰੀ ਹਰਪਜਨ ਸਿੰਘ ਵੱਲੋਂ ਕੇਂਦਰੀ ਕੋਲਾ ਮੰਤਰੀ ਅਤੇ ਕੇਂਦਰੀ ਬਿਜਲੀ ਮੰਤਰੀ ਨਾਲ ਮੁਲਾਕਾਤ ਕੀਤੀ ਗਈ ਹੈ ਪਲੇਟੀ ਮੀਟਿੰਗ ਦੇ ਦੌਰਾਨ ਪੰਜਾਬ ਦੇ ਬਿਜਲੀ ਮੰਤਰੀ ਨੇ ਕਿਹਾ ਕਿ ਚੂਨੇ ਦੇ ਸੀਜ਼ਨ ਦੌਰਾਨ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਜ਼ਿਆਦਾ ਵੱਧ ਜਾਂਦੀ ਹੈ ਇਸ ਦੌਰਾਨ ਸੂਬੇ ਨੂੰ ਸਰਕਾਰ ਦੀ ਮਾਲਕੀ ਵਾਲੇ ਥਰਮਲ ਸਟੇਸ਼ਨਾਂ ਦੀ ਸਾਰੇ ਜੁਨਟ ਚਲਾਉਣੇ ਪੈਂਦੇ ਨੇ ਯੂਕਰੇਨ ਤੋਂ ਪਰਤੇ ਭਾਰਤੀ ਵਿਦਿਆਰਥੀਆਂ ਦੇ ਲਈ ਖੁਸ਼ਖਬਰੀ ਹੈ ਜੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਕਿ ਯੂਕਰੇਨ ਸਰਕਾਰ ਨੇ ਉੱਥੋਂ ਵਾਪਸ ਪਰਤਣ ਵਾਲੇ ਮਜਬੂਰ ਭਾਰਤੀ ਵਿਦਿਆਰਥੀਆਂ ਨੂੰ ਮੈਡੀਕਲ ਦੀ ਪੜਾਈ ਪੂਰੀ ਕਰਨ ਲਈ ਕੋਈ ਟਿਲ ਦੇਣ ਦਾ ਫੈਸਲਾ ਕੀਤਾ ਹੁਣ ਵਿਦਿਆਰਥੀ ਉਹਨਾਂ ਦੇ ਅਕਾਦਮਿਕ ਮੁਲਾਂਕਣ ਦੇ ਅਧਾਰ ਤੇ ਮੈਡੀਕਲ ਡਿਗਰੀ ਦਿੱਤੀ ਜਾਵੇਗੀ ਸਾਈਬਰ ਵਿੱਤੀ ਧੋਖਾਧੜੀ ਸੰਬੰਧਿਤ ਸ਼ਿਕਾਇਤਾਂ ਦੇ ਦਰਜ ਕਰਨ ਤੇ ਹੁਣ ਨਾਗਰਿਕ 1930 ਤੇ ਕਰ ਸਕਦੇ ਨੇ ਡਾਇਲ ਨਵੀਆਂ ਸਹੂਲਤਾਂ ਨਾਲ ਲੈਸ ਅਤੇ ਸਿਖਲਾਈ ਪ੍ਰਾਪਤ ਟੀਮ 24 ਘੰਟੇ ਕਰ ਰਹੀ ਹੈ ਲੋਕਾਂ ਦੀ ਸੇਵਾ ਸੂਬੇ ਦੇ ਵਿੱਚ ਸਾਈਬਰ ਧੋਖਾਧੜੀ ਦੇ ਮਾਮਲਿਆਂ ਦੀ ਵੱਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖ ਰਿਆ ਪੰਜਾਬ ਪੁਲਿਸ ਦੇ ਸਾਈਬਰ ਕਰਾਇਮ ਸੈੱਲ ਨੇ ਨਾਗਰਿਕਾਂ ਵੱਲੋਂ ਸਾਈਬਰ ਸਾਧਨਾ ਰਾਹੀਂ ਕੀਤੀ ਗਈ ਕਿਸੇ ਵੀ ਵਿੱਤੀ ਧੋਖਾਧੜੀ ਦੀ ਰਿਪੋਰਟ ਕਰਨ ਲਈ ਟੋਲ ਫਰੀ ਨੰਬਰ 1930 ਜਾਰੀ ਕਰ ਦਿੱਤਾ ਗਿਆ ਹੈ। ਨੈਸ਼ਨਲ ਹੈਲਪਲਾਈਨ ਨੰਬਰ 1930 ਦੇ ਇਸ ਨਵੇਂ ਛੋਟੇ ਸੰਕਰਪਨ ਨੰਬਰ 15 5260 ਦੀ ਥਾਂ ਲੈ ਲਈ ਹੈ। ਡੀਜੀਪੀ ਨੇ ਕਿਹਾ ਕਿ ਹੁਣ ਨਾਗਰਿਕ 1930 ਡਾਇਲ ਕਰੋ ਕਿਸੇ ਵੀ ਸਮੇਂ ਸਾਈਬਰ ਵਿੱਤੀ ਧੋਖਾਧੜੀ ਬਾਰੇ ਸ਼ਿਕਾਇਤ ਦਰਜ ਕਰਵਾ ਸਕਦੇ ਨੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਬਚਾਉਣ ਲਈ ਸਟੇਟ ਸਾਈਬਰ ਕ੍ਰਾਈਮ ਸੈੱਲ ਦੀ ਨਵੀਨਤਮ ਸਹੂਲਤ ਨਾਲ ਲੈਸ ਅਤੇ ਸਿਖਲਾਈ ਪ੍ਰਾਪਤ ਟੀਮਾਂ 24 ਘੰਟੇ ਕੰਮ ਕਰ ਰਹੀਆਂ ਨੇ ਪੰਜਾਬ ਦੇ ਵਿੱਚ ਬੰਦ ਦਾ ਸੱਦਾ ਦੇਵੇਗੀ ਸਕੂਲ ਫੈਡਰੇਸ਼ਨ ਅਸਲ ਦੋਸ਼ੀ ਗ੍ਰਿਫਤਾਰ ਕਰਕੇ ਚੇਅਰਮੈਨ ਗਿੱਲ ਨੂੰ ਰਿਹਾ ਕਰਨ ਦੀ ਮੰਗ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਐਂਡ ਐਸੋਸੀਏਸ਼ਨ ਆਫ ਪੰਜਾਬ ਦੀ ਕੋਰ ਕਮੇਟੀ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਸੁਖਜਿੰਦਰਾ ਗਰੁੱਪ ਆਫ ਇੰਸਟੀਟਿਊਸ਼ਨ ਗੁਰਦਾਸਪੁਰ ਦੇ ਵਿੱਚ ਪੜ੍ਹਦੀ ਬੱਚੀ ਨਾਲ ਹੋਈ ਕਟਨਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਫੈਡਰੇਸ਼ਨ ਸੰਘਰਸ਼ ਕਰੇਗੀ ਗੁਰਦਾਸਪੁਰ ਦੇ ਵਿੱਚ 4 ਸਾਲਾ ਬੱਚੀ ਦੇ ਨਾਲ ਦੁਸ਼ਕਰਮ ਦੀ ਕਟਨਾ ਸਾਹਮਣੇ ਆਈ ਹੈ ਜਿਸ ਦੇ ਤਹਿਤ ਸੰਸਥਾ ਦੇ ਚੇਅਰਮੈਨ ਰਵਿੰਦਰ ਸਿੰਘ ਗਿੱਲ ਅਤੇ ਉਹਨਾਂ ਦੇ ਪੁੱਤਰ ਨੂੰ سنگीन ਤਾਰਾਮਾਂ ਦੇ ਤਹਿਤ ਫਟਾਰ ਕੀਤਾ ਗਿਆ ਹੈ ਹਰਿਆਣਾ ਨੇ ਹੁਣ ਪੰਜਾਬ ਖਿਲਾਫ ਖੋਲਿਆ ਨਵਾਂ ਮੋਰਚਾ ਪਾਖੜਾ ਨਹਿਰ ਦਾ ਬਦਲ ਤਿਆਰ ਕਰਨ ਲਈ ਦਬਾਅ ਸਤਲੁਜ ਜਮਨਾ ਲੈਂਕ ਰਾਹੀਂ ਪੰਜਾਬ ਤੋਂ ਰਾਵੀ ਅਤੇ ਬਿਆਸ ਤੱਕ ਪਾਣੀ ਲੈਣ ਲਈ ਸੰਘਰਸ਼ ਕਰ ਰਹੇ ਹਰਿਆਣਾ ਨੇ ਹੁਣ ਪਾਖੜਾ ਮੇਨ ਲਾਈਨ ਬੀ ਐਮ ਐਲ ਨਹਿਰ ਨੂੰ ਲੈ ਕੇ ਮੋਰਚਾ ਖੋਲ ਦਿੱਤਾ ਹਰਿਆਣਾ ਨੇ ਇਸ ਸਾਲ 60 ਸਾਲ ਪੁਰਾਣੀ ਨਹਿਰ ਨੂੰ ਬਦਲ ਤਿਆਰ ਕਰਨ ਦੇ ਲਈ ਪੰਜਾਬ ਤੇ ਦਬਾਅ ਪਾਇਆ ਉਸ ਨਹਿਰ ਦੇ ਟੁੱਟਣ ਦੀ ਸੂਰਤ ਵਿੱਚ ਹਰਿਆਣਾ ਦੀ ਪਿਆਸੀ ਧਰਤੀ ਨੂੰ ਕਿਸੇ ਹੋਰ ਨਹਿਰੀ ਨੈਰ ਰਹੀ ਸਪਲਾਈ ਜਿਹੜੀ ਪਾਣੀ ਦੀ ਕੀਤੀ ਜਾ ਸਕੇਗੀ ਰਾਜਸਥਾਨ ਦੀ ਚੰਡੀਗੜ੍ਹ ਤੇ ਆਪਣਾ ਹੱਕ ਜਤਾਉਂਦੇ ਦੋਵਾਂ ਨੇ ਵਿਧਾਨ ਸਭਾ ਚੋਂ ਮਤਾ ਪਾਸ ਕੀਤਾ ਤੇ ਜਿਸ ਤੇ ਸਿਆਸਤ ਗਰਮਾਰੀ ਹੈ ਪ੍ਰਾਈਵੇਟ ਸਕੂਲਾਂ ਵੱਲੋਂ ਮਹਿੰਗੀਆਂ ਕਿਤਾਬਾਂ ਵੇਚਣ ਦਾ ਰਫੜ ਵਧ ਗਿਆ ਜੀ ਬੁੱਕ ਸਟੋਰ ਦਾ ਘਰਾਵ ਕਰਕੇ ਸੜਕ ਮਾਪਿਆਂ ਦੇ ਵੱਲੋਂ ਜਾਮ ਕਰ ਦਿੱਤੀ ਆ ਭੜਕੇ ਮਾਪਿਆਂ ਨੂੰ ਦੇਖਦਿਆ ਦੁਕਾਨਦਾਰ ਆਪਣੀ ਦੁਕਾਨ ਬੰਦ ਕਰਕੇ ਫਰਾਰ ਹੋ ਗਿਆ ਲੋਕਾਂ ਦੇ ਵਿੱਚ ਰੋਸ ਇੰਨਾ ਜ਼ਿਆਦਾ ਸੀ ਕਿ ਮੌਕੇ ਤੇ ਪੁਜੀਪੁਲਿਸ ਨੇ ਬੜੀ ਮੁਸ਼ਕਲ ਦੇ ਨਾਲ ਮਾਮਲਾ ਸ਼ਾਂਤ ਕਰਵਾਇਆ ਸ਼੍ਰੀ ਮੁਕਤਸਰ ਸਾਹਿਬ ਤੋਂ ਖਬਰ ਆ ਜਿੱਥੇ ਪੁਲਿਸ ਨੇ 4 ਕਿਲੋ 200 ਗ੍ਰਾਮ ਅਫੀਮ ਬਰਾਮਦ ਕਰਕੇ ਦੋਚੀ ਨੂੰ ਫੜ ਲਿਆ ਜੋ ਜਿਸ ਦੀ ਪਛਾਣ ਜਿਹੜੀ ਹਾਲੇ ਪਹਿਚਾਨ ਆਵਤਾਰ ਸਿੰਘ ਪਿੰਡ ਮੱਲਣ ਵੱਜੋਂ ਹੋਈ ਆ ਜੋ ਟਰੱਕ ਦੇ ਵਿੱਚੋਂ ਆਫੀਮ ਬਰਾਮਦ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਹੈ ਨੌਵੇਂ ਪਾਤਸ਼ਾਹ ਦਾ 400ਵਾਂ ਪ੍ਰਕਾਸ਼ ਦਿਹਾੜਾ ਮਨਾਏਗੀ ਹਰਿਆਣਾ ਸਰਕਾਰ 24 ਅਪ੍ਰੈਲ ਨੂੰ ਪਾਣੀਪਤ ਦੇ ਵਿੱਚ ਹੋਵੇਗਾ ਸਮਾਗਮ ਧਾਰਮਿਕ ਗੀਤ ਤਿਆਰ ਕੀਤਾ ਗਿਆ ਪ੍ਰੋਗਰਾਮ ਦੇ ਆਯੋਜਨ ਲਈ ਖੇਡ ਮੰਤਰੀ ਸੰਦੀਪ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਕਾਨੂੰਨ ਵਿਵਸਥਾ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ਤੇ ਪੰਜਾਬ ਸਰਕਾਰ 21 ਦਿਨਾਂ ਦੇ ਵਿੱਚ ਹੋ ਗਏ 19 ਕਤਲ ਪੰਜਾਬ ਦੇ ਵਿੱਚ ਪਟਿਆਲਾ ਚੁੱਕ ਕਬੱਡੀ ਟੂਰਨਾਮੈਂਟ ਕਲੱਬ ਦੇ ਪ੍ਰਧਾਨ ਤਰਮਿੰਦਰ ਸਿੰਘ ਕਤਲ ਮਾਮਲੇ 'ਤੇ ਸਿਆਸਤ ਤੇਜ਼ ਹੋ ਗਈ ਹੈ ਵਿਰੋਧੀ ਪਾਰਟੀਆਂ ਵੱਲੋਂ ਕਾਨੂੰਨ ਵਿਵਸਥਾ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ 'ਤੇ ਸਵਾਲ ਚੁੱਕੇ ਜਾ ਰਹੇ ਨੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਮਰਿੰਦਰ ਸਿੰਘ ਰੋਜ਼ਾਨਾ ਹੋ ਰਹੀਆਂ ਹਤਿਆਵਾਂ ਨੂੰ ਲੈ ਕੇ ਚਿੰਤਾ ਦੇ ਵਿੱਚ ਨੇ ਭਾਜਪਾ ਗੂ ਸਰਸਾਣੇ ਦਾਵਾ ਕੀਤਾ ਕਿ 21 ਦਿਨਾਂ ਜੋ ਪੰਜਾਬ ਦੇ ਵਿੱਚ 19 ਕਤਲ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਅਪਰਾਧਿਕ ਘਟਨਾਵਾਂ ਦਾ ਤਾਜ਼ਾ ਵਾਤਾਵਰਣ ਚਿੰਤਾਜਨਕ ਕੈਪਟਨ ਹਰੀ ਵੱਡਾ ਬਿਆਨ ਦੇ ਗਏ ਨੇ ਪਿੰਡ ਕਸੂਆਣਾ ਦੇ ਕਤਲ ਕੀਤੇ ਗਏ ਕਾਂਗਰਸੀ ਵਰਕਰ ਦੇ ਭੋਗ ਚੂ ਸ਼ਾਮਲ ਹੋਣ ਪਹੁੰਚੇ ਨਵਜੋਤ ਸਿੱਧੂ ਸੰਬੋਧਨ ਦਰਾਂ ਨੂੰ ਕਿਹਾ ਜੀ ਮੈਂ ਕਾਂਗਰਸ ਪਾਰਟੀ ਦੇ ਹਰ ਵਰਕਰ ਦੇ ਨਾਲ ਖੜਾ ਹਾਂ ਕਾਂਗਰਸ ਪਾਰਟੀ ਦਾ ਹਰ ਵਰਕਰ ਦੀ ਲੜਾਈ ਲਈ ਹਮੇਸ਼ਾ ਅੱਗੇ ਹੋ ਕੇ ਲੜਦਾ ਰਹਾਂਗਾ ਸਰਕਾਰੀ ਦਫ਼ਤਰਾਂ ਦੇ ਵਿੱਚ ਲੋਕਾਂ ਦੀ ਖੱਜਲ ਖਵਾਰੀ ਹੁਣ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਹਿਮਾਂਸ਼ੂ ਅਗਰਵਾਲ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਆਈਐਸ ਨੇ ਅੱਜ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਤੇ ਆਪਣੇ ਦਫ਼ਤਰ ਦੇ ਵਿੱਚ ਵੱਖ-ਵੱਖ ਸ਼ਾਖਾਵਾਂ ਦੇ ਇੰਚਾਰਜਾਂ ਨਾਲ ਬੈਠਕ ਕੀਤੀ ਇਸ ਮੌਕੇ ਉਹਨਾਂ ਨੇ ਸਖਤ ਹਦਾਇਤ ਜਾਰੀ ਕਰਦਿਆਂ کہا ہے کہ سرکاری کام ਵਿੱਚ ਢਿੱਲ ਮੱਠ ਦਾ ਰਵਈਆ ਤੇ ਦਫ਼ਤਰਾਂ ਦੇ ਵਿੱਚ ਲੋਕਾਂ ਦੀ ਖੱਜਲਖواری ਸਰਕਾਰ ਵੱਲੋਂ برداشت ਨਹੀਂ ਕੀਤੀ ਜਾ ਰਹੀ ਲੋਕ ਸਭਾ ਤੋਂ ਬਾਅਦ ਅਪਰਾਧਿਕ ਪ੍ਰਕਿਰਿਆ ਪਛਾਣ ਬਿੱਲ ਰਾਜ ਸਭਾ ਵਿੱਚ پاس ਵਿਰੋਧੀ تیرਦੇ ਵਿਰੋਧ ਪ੍ਰਦਰਸ਼ਨ ਵਿੱਚਕਾਰ ਮੋਦੀ ਸਰਕਾਰ ਨੇ ਰਾਜ ਸਭਾ ਦੇ ਵਿੱਚ ਅਪਰਾਧਿਕ ਪ੍ਰਕਿਰਿਆ ਬਿੱਲ ਵੀ ਸੋ ਬਾਈਪਾਸ ਕਰ ਦਿੱਤਾ ਇਸ ਬਿੱਲ ਨੂੰ ਕਾਂਗਰਸ ਨੇ ਗੈਰ ਸੰਵਿਧਾਨਿਕ قرار ਦਿੱਤਾ ਸੀ ਕ੍ਰਿਮੀਨਲ ਪ੍ਰوسیجر ਬਿੱਲ ਵੀ ਸੋ ਬਾਈਲੀ ਚੋਣ کمیٹی ਭੇਜਨ ਦੇ ਲਈ ਵਿਰੋਧੀ ਧਿਰ ਦੇ ਪ੍ਰਸਤਾਵ ਤੇ ਰਾਜ ਸਭਾ ਚ ਵੋਟਿੰਗ ਵੀ ਹੋਈ ਸੀ ਪੰਜਾਬ ਕਾਂਗਰਸ ਦੀ ਪ੍ਰਧਾਨ ਗੀਲੀ ਆਪਣਾ ਅਣੂਪਬਤ ਦੇ ਖਾਣ ਦੀ ਕੋਸ਼ਿਸ਼ ਵਿੱਚ ਐਮਪੀ ਬਿੱਟੂ ਪੀਐਮ ਮੋਦੀ ਦੇ ਨਾਲ ਮੁਲਾਕਾਤ ਦੀਆਂ ਚਰਚਾਵਾਂ ਵੀ ਛੇੜ ਰਹੀਆਂ ਨੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਤੋਂ ਬਾਅਦ ਬਿੱਟੂ ਨੇ ਤਸਵੀਰਾਂ ਫੇਸਬੁੱਕ ਤੇ ਸ਼ੇਅਰ ਕਰ ਦਿੱਤੀਆਂ ਉਹਨਾਂ ਨੇ ਕਿਹਾ ਜੀ ਪੰਜਾਬ ਦੇ ਮੁੱਦਿਆਂ ਤੇ ਮੈਂ ਪ੍ਰਧਾਨ ਮੰਤਰੀ ਹੋਰਾਂ ਨਾਲ ਗੱਲਬਾਤ ਕਰਕੇ ਨਿਕਲਿਆ ਸਾਬਕਾ ਸੀਐਮ ਚੰਨੀ ਦੇ ਭਾਣ ਜਿੱਦੀਆਂ ਵੱਡੀਆਂ ਮੁਸ਼ਕਲਾਂ ਅਦਾਲਤ ਨੇ ਉਸ ਦੀ ਨਿਆਂਇਕ ਹਰਾਸਤ ਨੂੰ 20 ਤਰੀਕ ਤੱਕ ਵਧਾ ਦਿੱਤਾ ਹੈ ਹਣੀ ਨੂੰ ਸੀਜੀਐਮ ਰੁਪਿੰਦਰ ਚਾਹਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੁਲਿਸ ਭਰਤੀ ਦੇ ਉਮੀਦਵਾਰਾਂ ਵੱਲੋਂ ਦਿੱਤੇ ਜਾ ਰਹੇ ਦਰਨੇ 'ਚ ਪਹੁੰਚਿਆ ਅਸ਼wini ਸ਼ਰਮਾ ਦਿੱਤਾ ਵੱਡਾ ਬਿਆਨ ਪਾਜਪਾ ਸੂਬਾ ਪ੍ਰਧਾਨ ਅਸ਼wini ਸ਼ਰਮਾ ਨੇ ਸ਼ਮੂਲੀਅਤ ਕੀਤੀ ਇਸ ਦਰਾਂ ਨੂੰ ਉਹਨਾਂ ਨੇ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਭਗਵੰਤ ਮਾਨ ਹੁਣ ਇੱਥੇ ਆ ਕੇ ਇਹਨਾਂ ਦੀ ਗੱਲ ਸੁਣੇ ਤੇ ਮੰਗਾਂ ਦੀ ਪੂਰਤੀ ਕਰੇ। ਮਾਂ ਜਿਸ ਸਕੂਲ ਦੇ ਵਿੱਚ ਸਫਾਈ ਸੇਵਕ ਦਾ ਕੰਮ ਕਰਦੀ ਆ ਪੁੱਤ ਵਿਧਾਇਕ ਬਣ ਪਹੁੰਚਿਆ ਬਣ ਕੇ ਮੁੱਖ ਮਹਿਮਾਨ ਸੋ ਆਪਣੀ ਮਾਤਾ ਦੇ ਨਾਲ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋਰੀਆ ਜਿਸ ਦੀ ਲੋਕਾਂ ਵੱਲੋਂ ਕਾਫੀ ਪ੍ਰਸ਼ੰਸਾ ਕੀਤੀ ਜਾ ਰਹੀ ਆ। ਅਗਲੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਸੇਧ ਵਿਭਾਗ ਦੇ ਵੱਲੋਂ ਮਠਿਆਈ ਦੀਆਂ ਦੁਕਾਨਾਂ ਤੇ ਅਜਨਚਿਤ ਸ਼ਾਫੇਮਾਰੀ ਲਗਾਤਾਰ ਜਾਰੀ ਸੀਐਮ ਭਗਵੰਤ ਮਾਨ ਦੂਜੇ ਸੂਬਿਆਂ 'ਚ ਵਾਅਦੇ ਕਰਨ ਤੋਂ ਪਹਿਲਾਂ ਪੰਜਾਬੀਆਂ ਦੇ ਨਾਲ ਕੀਤੇ ਵਾਅਦੇ ਪੂਰੇ ਕਰੇ ਆਮ ਆਦਮੀ ਪਾਰਟੀ ਹਰ ਮਹੀਨੇ ਮਹਿਲਾਵਾਂ ਨੂੰ 1-1000 ਰੁਪਏ ਤੇ ਉਹਨਾਂ ਦੇ ਖਾਤੇ ਵਿੱਚ ਪਾਉਣ ਦਾ ਦਾਵਾ ਕੀਤਾ ਸੀ ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਹੋਨਰ ਤੰਜ ਕਸ ਰਹੀਆਂ ਨੇ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਚੱਲਦੇ ਹੁਣ ਦਿੱਲੀ ਮਾਡਲ ਨੂੰ ਲਿਆਉਂਦੀ ਦਿੱਲੀ ਵਾਲੀਆਂ ਸਾਰੀਆਂ ਸਹੂਲਤਾਂ ਪੰਜਾਬ ਤੋਂ ਦੇਣ ਦਾ ਵਾਅਦਾ ਕਰ ਚੁੱਕੀ ਪਰ ਹਾਲੇ ਤੱਕ ਕੁਝ ਨਹੀਂ ਕੀਤਾ ਜੇ ਪਾਖੜਾ ਮੇਨ ਲਾਈਨ ਟੁੱਟ ਗਈ ਤਾਂ ਪੰਜਾਬ ਡੁੱਟ ਜਾਵੇਗਾ ਹਰਿਆਣਾ ਚ ਪੈ ਜਾਵੇਗਾ ਸੋਕਾ ਸੀਐਮ ਖੱਟੜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਕਟਨ ਗਿਆ ਜੇਕਰ ਪਾਖੜਾ ਡੈਮ ਟੁੱਟਾ ਤਾਂ ਪੰਜਾਬ ਡੁੱਬੇਗਾ ਇਸ ਨਾਲ ਹਰਿਆਣਾ ਦੇ ਵਿੱਚ ਸੋਕਾ ਪੈਵੇਗਾ ਹਰ ਤਰਲ ਪੈਨਲ ਤੇ ਇੱਕ ਵਿਕਲਪ ਹੋਣਾ ਚਾਹੀਦਾ ਹੈ ਪਾਖੜਾ ਡੈਮ ਦਾ ਬਦਲ ਵੀ ਤਿਆਰ ਕੀਤਾ ਜਾਵੇ ਇਹ ਡੈਮ ਦੇਸ਼ ਦੀ ਵਿਰਾਸਤ ਹੈ ਤੇ ਬਹੁਤ ਪੁਰਾਣਾ ਹੋ ਚੁੱਕਾ ਹੈ ਕਾਲਕਾ ਵਿਧਾਇਕ ਗੋਗਨ ਨੇ ਸਿਹਤ ਮੰਤਰੀ ਦੇ ਨਾਲ ਕੀਤੀ ਮੁਲਾਕਾਤ ਕਾਲ ਡਰਾਪ ਤੇ ਗੰਭੀਰ ਸਰਕਾਰ ਦੂਰ ਸੰਚਾਰ ਕੰਪਨੀਆਂ ਦੀ ਰੱਤ ਲਾਇਸੈਂਸਤੀ ਤਿਆਰੀ ਸੋ ਕਾਲ ਡਰਾਪ ਦੇਸ਼ ਦੇ ਲਈ ਇੱਕ ਵੱਡੀ ਸਮੱਸਿਆ ਬਣ ਜਾ ਰਿਹਾ ਇਸ ਨਾਲ ਨਜਿੱਠਣ ਲਈ ਸਰਕਾਰ ਟੈਲੀਕਮ ਕੰਪਨੀਆਂ ਤੇ ਸਖਤ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ ਸੂਚਨਾ ਟੈਕਨੋਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਕਿਹਾ ਕਿ ਕਾਲ ਡਰਾਪ ਇੱਕ ਗੰਭੀਰ ਸਮੱਸਿਆ ਹੈ